ਐਸਟੀਮੇਟ ਦੀ ਤੁਸੀਂ ਠੀਕ ਗੱਲ ਕੀਤੀ ਹੈ ਬਿਗਨਿੰਗ ਦੇ ਵਿੱਚ ਜਾਂ ਇੱਕ ਜਦੋਂ ਆਪਣਾ ਲਰਨਿੰਗ ਪੀਰੀਅਡ ਹੁੰਦਾ ਵੈਸੇ ਤਾਂ ਸਾਡੀ ਸਾਰੀ ਲਾਈਫ ਲਰਨਿੰਗ ਹੁੰਦੀ ਹੈ ਬਟ ਇੱਕ ਸਟਾਰਟਿੰਗ ਪੀਰੀਅਡ ਜਿਹਨੂੰ ਆਪਾਂ ਕਹਿੰਦੇ ਕਦੀ ਅੰਡਰ ਐਸਟੀਮੇਟ ਵਾਲਾ ਫੀਲ ਤੁਹਾਡੇ ਲਈ ਆਇਆ ਚੀਜ਼ ਅੰਦਰ ਪ੍ਰੋਬਲਮ ਸੀਗੀ ਮੇਰੀ ਕਿ ਮੈਂ ਡਿਗਨਿਟੀ ਤੋਂ ਥੱਲੇ ਕਦੇ ਜ਼ਿੰਦਗੀ 'ਚ ਉਦੋਂ ਵੀ ਕੰਮ ਨਹੀਂ ਕੀਤਾ ਜਦੋਂ ਮੈਂ ਮੇਰੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ ਮੈਂ ਟਰਾਲੀ ਦੇ ਪਿੱਛੇ ਲਟਕ ਕੇ ਦੂਰਦਰਸ਼ਨ ਜਾਂਦਾ ਹੁੰਦਾ ਸੀ ਜਦੋਂ ਦੂਰਦਰਸ਼ਨ ਦੇ ਵਿੱਚ ਇਹ ਹਿਊਮੀਲੇਸ਼ਨ ਦੇਖਣੀ ਪਈ ਲੋਕਾਂ ਨੇ ਮਤਲਬ ਅੰਡਰ ਐਸਟੀਮੇਟ ਨਹੀਂ ਰਿਜੈਕਸ਼ਨ ਜਿਹੜੀ ਨਾ ਉਹ ਬੰਦੇ ਨੂੰ ਦੁਨੀਆ 'ਚ ਸਭ ਤੋਂ ਬੁਰੀ ਲੱਗਦੀ ਹੈ ਰਿਜੈਕਸ਼ਨ ਤੋਂ ਬਾਅਦ ਜਾਂ ਤਾਂ ਬੰਦਾ ਡੁੱਬ ਜਾਂਦਾ ਜਾਂ ਫਿਰ ਇੱਦਾਂ ਜੰਪ ਕਰਕੇ ਆਉਂਦਾ ਨਾ ਦੱਸਦਾ ਕਿ ਮੈਂ ਕੌਣ ਹਾਂ ਇਸ ਫਿਲਮ ਦੇ ਵਿੱਚ ਗਿੱਪੀ ਨੂੰ ਡਾਊਟ ਸੀਗਾ ਕਿ ਹੈ ਨਾ ਕਰੀਏ ਜਾਂ ਨਾ ਕਰੀਏ ਤੁਸੀਂ ਸ਼ੋਰ ਸੀ ਕਿ ਹਾਂਜੀ ਗਿੱਪੀ ਮੈਂ ਕਰਨਾ ਹੈ ਪਿੰਡ ਦੇ ਜੇ ਕੋਈ ਕਰੈਕਟਰ ਐਸਾ ਹੁੰਦਾ ਉਹ ਚੀਫ ਮਿਨਿਸਟਰ ਮਟੀਰੀਅਲ ਹੁੰਦਾ ਉਹ ਇੱਦਾਂ ਸਿਆਣਾ ਬੰਦਾ ਵੀ ਹੁੰਦਾ ਪਿੰਡ ਦੇ ਵਿੱਚ ਹੈ ਨਾ ਪਰ ਉਹਨੂੰ ਕਦੇ ਜ਼ਿੰਦਗੀ 'ਚ ਮੌਕਾ ਨਹੀਂ ਮਿਲਿਆ ਹੁੰਦਾ ਇੱਦਾਂ ਹੀ ਹਰ ਪਿੰਡ ਦੇ ਵਿੱਚ ਇੱਕ ਬੰਦਾ ਹੁੰਦਾ ਜਿਹਨੂੰ ਲੋਕ ਬੇਵਕੂਫ ਜਾਂ ਜਿਹਨੂੰ ਕਹਿ ਲਓ ਦੀਨਾ ਸਮਝਦੇ ਹੁੰਦੇ ਨੇ ਗਰਦਾਰੀ ਸਮਝਦੇ ਹੁੰਦੇ ਵੀ ਐਵੇਂ ਹੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਕੁਛ ਐਗਜ਼ਾਮਪਲਸ ਐਸੀਆਂ ਆਈਆਂ ਲੋਕਾਂ ਨੇ ਜਿਹਨੂੰ ਜਿਹਨੂੰ ਅੰਡਰ ਐਸਟੀਮੇਟ ਕੀਤਾ ਉਹਨੇ ਆਪਣੀ ਪਾਵਰ ਆਪਣੇ ਮੌਕਾ ਉੱਤੇ ਦਿਖਾਈ ਕਿ ਮੇਰੇ ਅੰਦਰ ਕੀ ਸਕਿੱਲਸ ਨੇ ਕੀ ਕਾਬਲੀਅਤ ਹੈ ਮੇਰੇ ਅੰਦਰ ਜਦੋਂ ਮੇਰੀਆਂ ਫਾਈਲਾਂ ਖੋਲਦੀਆਂ ਨਾ ਵੀ ਇਹ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਫਿਰ ਉਹ ਚਿਹਰੇ ਆਪਣੇ ਆਪ ਬਾਰੀਆਂ ਖੋਲ ਕੇ ਝਾਤੀਆਂ ਮਾਰਾ ਭਾਜੀ ਮੈਂ ਵੀਰ ਜੀ ਮੈਂ ਫਿਰ ਦੱਸਣ ਲੱਗ ਪੈਂਦੇ ਮੈਨੂੰ ਜੇ ਮੈਂ ਪਾਣੀ 'ਚ ਮਧਾਣੀ 'ਚ ਕਰਨਾ ਸੀ ਪ੍ਰਮੋਟਰ ਦਾ ਤਾਂ ਕਈ ਪ੍ਰਮੋਟਰਾਂ ਨੇ ਬਾਰੀਆਂ ਖੋਲ੍ਹ ਕੇ ਆਪਣੀਆਂ ਸ਼ਕਲਾਂ ਦਿਖਾਈਆਂ ਮੈਨੂੰ ਭਾਜੀ ਮੈਂ ਜੀ ਫਿਰ ਮੈਨੂੰ ਲੱਗਾ ਨਹੀਂ ਆਹ ਬੰਦਾ ਠੀਕ ਹੈ ਇਹਨੂੰ ਫੜ ਲਓ ਉਹ ਚੀਜ਼ ਨਹੀਂ ਚਾਪਲੂਸੀ ਨਹੀਂ ਮਾਰਦਾ ਆ ਕੇ ਬਹਿੰਦਾ ਨਹੀਂ ਸਾਡੇ ਕੋਲ ਕੁਰਸੀਆਂ 'ਤੇ ਇਹ ਨਹੀਂ ਪੁੱਛਦਾ ਸਰ ਚਾਹ ਲਿਆਵਾਂ ਜੀ ਸਰ ਕੁਛ ਖਿਲਾਉਂਗੇ ਜੀ ਅਤੇ ਮੇਰੇ ਕੋਲ ਕੰਮ ਨਹੀਂ ਹੁੰਦਾ ਜੀ ਅਤੇ ਦੂਰਦਰਸ਼ਨ 'ਤੇ ਵੀ ਸ਼ੁਰੂ ਸ਼ੁਰੂ 'ਚ ਮੈਨੂੰ ਵੀ ਕਈਆਂ ਨੇ ਗਰਦਾਰੀ ਲਾ ਨਹੀਂ ਸਮਝਿਆ ਹੁਣ ਸਾਰਿਆਂ ਨੂੰ ਮੈਂ ਹਾਂ ਕਮਾਇਨੀ ਸ਼ਰਮਾ ਅਤੇ ਸਾਡੇ ਨਾਲ ਨੇ ਵਨ ਐਂਡ ਓਨਲੀ ਪੰਜਾਬੀ ਇੰਡਸਟਰੀ ਦੇ ਬਹੁਤ ਕਮਾਲ ਦੇ ਬਹੁਤ ਵਰਸਟਾਈਲ ਐਕਟਰ ਗੁਰਪ੍ਰੀਤ ਘੁੱਗੀ ਜੀ ਸ਼ਾਬਾ ਨਿਗਰਦਾਰੀ ਨਾਲ ਫਿਲਮ ਆ ਰਹੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਲੇਕਿਨ ਇਸ ਦੇ ਵਿੱਚ ਇਹਨਾਂ ਦਾ ਕਰੈਕਟਰ ਟੋਟਲੀ ਡਿਫਰੈਂਟ ਹੈ ਵੈਲ ਕੁਛ ਗੱਲਾਂ ਸਾਨੂੰ ਗਿੱਪੀ ਨੇ ਦੱਸੀਆਂ ਅਤੇ ਕੁਛ ਗੱਲਾਂ ਅਸੀਂ ਇਹਨਾਂ ਤੋਂ ਜਾਣਾਂਗੇ ਸੋ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਉਹ ਤੁਸੀਂ ਕਿਹਾ ਕਿ ਸੀ ਵਰਸਟ ਸਟਾਈਲ ਸਰ ਤੁਸੀਂ ਮਜ਼ਾਕ ਨਾ ਕਰੋ ਤੁਹਾਨੂੰ ਸਭ ਪਤਾ ਹੈ ਇਸ ਫਿਲਮ ਦਾ ਜਿਹੜਾ ਇੱਕ ਕਰੈਕਟਰ ਹੈ ਉਹ ਵਰਸਟ ਵਰਸਟ ਸਟਾਈਲ ਹੈ ਮੈਂ ਤਾਂ ਕਿਹਾ ਨਹੀਂ ਵਰਸਟ ਇਹ ਜਿਹੜਾ ਕਰੈਕਟਰ ਹੈ ਬੜਾ ਹਾਂਜੀ ਕਿਉਂਕਿ ਤੁਸੀਂ ਮੇਕਿੰਗ ਦੇ ਵਿੱਚ ਵੀ ਕਿਹਾ ਕਿ ਬੜਾ ਅਰਬ ਜਿਹਾ ਪ੍ਰਾਣਾ ਹੈ ਬੜਾ ਹੈ ਨਾ ਲੇਕਿਨ ਗਿੱਪੀ ਨੇ ਇੱਕ ਅਰਦਾਸ ਦੇ ਵਿੱਚ ਕਿਰਦਾਰ ਕਰਵਾਇਆ ਸੀ ਇਸ ਫਿਲਮ ਦੇ ਵਿੱਚ ਇਸ ਫਿਲਮ ਦੇ ਵਿੱਚ ਗਿੱਪੀ ਨੂੰ ਡਾਊਟ ਸੀਗਾ ਕਿ ਹੈ ਨਾ ਕਰੀਏ ਜਾਂ ਨਾ ਕਰੀਏ ਤੁਸੀਂ ਸ਼ੋਰ ਸੀ ਕਿ ਹਾਂਜੀ ਗਿੱਪੀ ਮੈਂ ਕਰਨਾ ਹੈ ਇੱਦਾਂ ਹੀ ਸੀਗਾ ਹਾਂ ਮੈਨੂੰ ਜਦੋਂ ਉਹਨੇ ਦੱਸਿਆ ਨਾ ਗਿੱਪੀ ਨੇ ਵੀ ਆਹ ਕਰੈਕਟਰ ਤੁਸੀਂ ਕਰਨਾ ਹੈ ਅਤੇ ਪਹਿਲਾਂ ਮੈਨੂੰ ਲੱਗਾ ਕਿ ਮੈਂ ਨੈਗੇਟਿਵ ਕਰਦਾ ਨਹੀਂ ਮੈਂ ਨੈਗੇਟਿਵ ਕਦੇ ਕਰਦਾ ਹੀ ਨਹੀਂ ਨਾ ਮੈਨੂੰ ਅੰਦਰੋਂ ਹੀ ਮੇਰੇ ਆਵਾਜ਼ ਹੀ ਨਹੀਂ ਆਉਂਦੀ ਨੈਗੇਟਿਵ ਕਰੈਕਟਰ ਕਰਨ ਲਈ ਜਿੱਦਾਂ ਦੋ ਕਰੈਕਟਰ ਕਰਨ ਤੋਂ ਮੈਂ ਬਹੁਤ ਚੱਲਦਾ ਜੀ ਇੱਕ ਨੈਗੇਟਿਵ ਇੱਕ ਹੁਣ ਤੁਸੀਂ ਹੱਸ ਪੈਣਾ ਰੋਮਾਂਟਿਕ ਹੈ ਨਾ ਬੜਾ ਮੈਨੂੰ ਔਡ ਜਿਹਾ ਲੱਗਦਾ ਹੈ ਨਾ ਨੈਗੇਟਿਵ ਵਾਲੀ ਤਾਂ ਠੀਕ ਹੈ ਰੋਮਾਂਟਿਕ ਵਾਲੀ ਤਾਂ ਕੋਸ਼ਿਸ਼ ਕੀਤੀ ਨੋ ਅਨਕੰਫਰਟੇਬਲ ਕਿਤੇ ਤੇ ਹੈ ਜਿੱਦਾਂ ਅੱਜ ਦੇ ਰਾਂਝੇ 'ਚ ਜਾਂ ਹੋਰ ਇੱਕ ਦੋ ਫਿਲਮਾਂ 'ਚ ਪਰ ਮੈਂ ਅਨਕੰਫਰਟੇਬਲ ਜਿਹਾ ਹੋ ਜਾਂਦਾ ਹੈ ਨਾ ਅਤੇ ਇੱਦਾਂ ਹੀ ਨੈਗੇਟਿਵ ਤੋਂ ਮੈਂ ਬਹੁਤ ਚੱਲਦਾ ਸੀ ਫਿਰ ਗਿੱਪੀ ਨੇ ਮੈਨੂੰ ਸਮਝਾਇਆ ਕਿ ਭਾਜੀ ਕਰੈਕਟਰ ਤੁਹਾਡੇ ਕਰਨ ਵਾਲਾ ਮੈਂ ਹੁਣ ਕਿਹਨੂੰ ਕਵਾਂ ਕਹਿੰਦਾ ਦੇਖੋ ਤੁਸੀਂ ਆਹ ਕਰੈਕਟਰ ਜੇ ਫਿਰ ਗਿੱਪੀ ਐਂਡ 'ਤੇ ਜਾ ਕੇ ਇਹ ਵੀ ਮੰਨ ਗਿਆ ਕਿ ਚਲੋ ਭਾਜੀ ਆਪਾਂ ਇਹਨੂੰ ਚੇਂਜ ਕਰਕੇ ਫਿਰ ਐਂ ਦਾ ਕਰ ਲੈਂਦੇ ਹਾਂ ਉਹਦਾ ਕਰ ਫਿਰ ਮੈਂ ਸਮਝ ਗਿਆ ਵੀ ਫਿਰ ਕਰੈਕਟਰ ਹੀ ਮਰ ਜਾਣਾ ਜਿਹਦੇ ਲਈ ਗਿੱਪੀ ਮੈਨੂੰ ਲੈਣਾ ਚਾਹੁੰਦਾ ਫਿਰ ਮੈਂ ਹੀ ਉਹਨੂੰ ਕਿਹਾ ਨਹੀਂ ਮੈਂ ਕੋਈ ਗੱਲ ਨਹੀਂ ਫਿਰ ਜਿੱਦਾਂ ਤੂੰ ਸੋਚਦਾ ਆਪਾਂ ਉੱਦਾਂ ਹੀ ਕਰਦੇ ਹਾਂ ਔਰ ਮੇਰੇ ਖਿਆਲ ਨਾਲ ਇਟ ਇਜ਼ ਕਮਿੰਗ ਆਊਟ ਵੈਰੀ ਗੁੱਡ ਜੀ ਔਰ ਲੋਕਾਂ ਨੂੰ ਚੰਗਾ ਲੱਗੇਗਾ ਨੈਗੇਟਿਵ ਨਾਲੋਂ ਜ਼ਿਆਦਾ ਭੈੜਾ ਜਿਹਾ ਕਰੈਕਟਰ ਹੈ ਔਂਤਰਾ ਜਿਹਾ ਕਰੈਕਟਰ ਹੈ ਜਿਹਨੂੰ ਕਹਿੰਦੇ ਜੀ ਕਰਦਾ ਵੀ ਇਹਦੇ ਮੁੱਕੇ ਮਾਰੇ ਬੰਦਾ ਦਾੜਾਂ ਕੱਢਦੇ ਇਹਦੀਆਂ ਇੱਦਾਂ ਦਾ ਕਰੈਕਟਰ ਲੱਗਦਾ ਗਿੱਪੀ ਜੀ ਦੱਸ ਰਹੇ ਸੀਗੇ ਵੀ ਸਾਡੇ ਵਿੱਚ ਇਹ ਵੀ ਡਿਸਕਸ਼ਨ ਹੋਈ ਸੀ ਕਿ ਜਦੋਂ ਲੋਕਾਂ ਨੇ ਦੇਖਣਾ ਹੈ ਸਕਰੀਨ 'ਤੇ ਅਤੇ ਗਾਲਾਂ ਕੱਢਣੀਆਂ ਨੇ ਵੀ ਐਵੇਂ ਦਾ ਇਹ ਵੀ ਬੰਦਾ ਹੁੰਦਾ ਕੋਈ ਹੈ ਨਾ ਐਵੇਂ ਦਾ ਪੁਰਾਣਾ ਵੀ ਹੁੰਦਾ ਸੋ ਇਸ ਚੀਜ਼ ਨੂੰ ਤੁਸੀਂ ਅਡੋਪਟ ਕਰਨ ਦੇ ਲਈ ਕਿਸ ਤਰੀਕੇ ਦੇ ਨਾਲ ਰਿਸਰਚ ਕੀਤੀ ਹੈ ਕਹਿ ਲਈ ਵੀ ਕਰੈਕਟਰ ਦੇ ਲਈ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਹੋਰ ਇੰਪਰੋਵਾਈਜ਼ ਕਰਨ ਦੇ ਲਈ ਉਹਦੇ 'ਚ ਕਮਾਈ ਨਹੀਂ ਇੱਦਾਂ ਕਿ ਅਸੀਂ ਜਿੱਦਾਂ ਜ਼ਿੰਦਗੀ 'ਚ ਵਿਚਰਦੇ ਨਾ ਬਹੁਤ ਸਾਰੇ ਕਰੈਕਟਰ ਤੁਹਾਨੂੰ ਮਿਲਦੇ ਰਹਿੰਦੇ ਨੇ ਮੈਂ ਹਰ ਫਿਲਮ ਦੇ ਵਿੱਚ ਫਿਰ ਜਦੋਂ ਮੇਰੀਆਂ ਫਾਈਲਾਂ ਖੋਲਦੀਆਂ ਨਾ ਵੀ ਆਹ ਕਰੈਕਟਰ ਕਿੱਦਾਂ ਦਾ ਹੋਣਾ ਚਾਹੀਦਾ ਫਿਰ ਉਹ ਚਿਹਰੇ ਆਪਣੇ ਆਪ ਬਾਰੀਆਂ ਖੋਲ੍ਹ ਕੇ ਝਾਤੀਆਂ ਮਾਰਾ ਭਾਜੀ ਮੈਂ ਵੀਰ ਜੀ ਮੈਂ ਫਿਰ ਦੱਸਣ ਲੱਗ ਪੈਂਦੇ ਮੈਨੂੰ ਜੇ ਮੈਂ ਪਾਣੀ 'ਚ ਮਧਾਣੀ 'ਚ ਕਰਨਾ ਸੀ ਪ੍ਰਮੋਟਰ ਦਾ ਤਾਂ ਕਈ ਪ੍ਰਮੋਟਰਾਂ ਨੇ ਬਾਰੀਆਂ ਖੋਲ੍ਹ ਕੇ ਆਪਣੀਆਂ ਸ਼ਕਲਾਂ ਦਿਖਾਈਆਂ ਮੈਨੂੰ ਭਾਜੀ ਮੈਂ ਜੀ ਫਿਰ ਮੈਨੂੰ ਲੱਗਾ ਨਹੀਂ ਆਹ ਬੰਦਾ ਠੀਕ ਹੈ ਇਹਨੂੰ ਫੜ ਲਓ ਇੱਦਾਂ ਹੀ ਫਿਰ ਮੈਂ ਵੀ ਬੜੇ ਅਵੈੜੇ ਜਿਹੇ ਭੈੜੇ ਜਿਹੇ ਬੰਦੇ ਯਾਦ ਕਰਨ ਲੱਗ ਪੈਣਾ ਕਿਹੜੇ ਦੇਖੇ ਪਰ ਸਾਰੇ ਸਾਹਮਣੇ ਆਉਂਦੇ ਨੇ ਫਾਈਲਾਂ ਖੋਲ੍ਹਦੀਆਂ ਨੇ
ਫਿਰ ਬੰਦਾ ਕਹਿੰਦਾ ਯਾਰ ਉਹਨੂੰ ਫੜੋ, ਇਦਾਂ ਕਰਦਾ ਸੀ ਫਲਾਣੇ ਵਿਆਹ ਦੇ ਵਿੱਚ, ਫਿਰ ਉਹਨੂੰ ਫੜ ਲਈਦਾ ਜੀ। ਅੱਛਾ, ਗਿਰਧਾਰੀ ਲਾਲ ਦਾ ਜਿਹੜਾ ਇੱਕ ਕਿਰਦਾਰ ਹੈ ਉਹ ਹਰ ਪਿੰਡ ਦੇ ਵਿੱਚ ਇੱਕ ਅਜਿਹਾ ਹੁੰਦਾ ਹੈ ਨਾ। ਸੋ ਜਦੋਂ ਵੀ ਤੁਸੀਂ ਹੁੰਦੇ ਹੋ, ਰਾਣਾ ਸਰ ਹੁੰਦੇ ਨੇ ਜਾਂ ਗਿੱਪੀ ਜੀ ਹੁੰਦੇ ਨੇ, ਅਤੇ ਇੱਕ ਡਿਸਕਸ਼ਨ ਚੱਲਦੀ ਹੈ, ਇੱਕ ਹੈਲਦੀ ਕਨਵਰਸੇਸ਼ਨ ਹੁੰਦੀ ਹੈ ਉੱਥੇ। ਸੋ ਗਿਰਧਾਰੀ ਦੇ ਕਰੈਕਟਰ ਦੇ ਲਈ ਤੁਹਾਡੀ ਕਿਸ ਤਰ੍ਹਾਂ ਦੀ ਇੱਕ ਪ੍ਰੋਸਪੈਕਟਿਵ ਸੀਗਾ, ਤੁਸੀਂ ਕਿਸ ਤਰ੍ਹਾਂ ਇਸ ਚੀਜ਼ ਨੂੰ ਚਾਹੁੰਦੇ ਸੀ ਵੀ ਆਉਣੀ ਚਾਹੀਦੀ ਹੈ? ਬਿਲਕੁਲ ਜੀ, ਇਹ ਕਰੈਕਟਰ ਜਿਹੜੇ ਕੁਛ ਪਿੰਡਾਂ ਦੇ ਅਜੇ ਹੋਰ ਵੀ ਬੜੇ ਬਕਾਏ ਨੇ, ਜਿਹੜੇ ਅਜੇ ਇੱਕ ਪਿੰਡ ਦੇ ਜੇ ਇੱਕ ਕਰੈਕਟਰ ਐਸਾ ਹੁੰਦਾ ਉਹ ਚੀਫ ਮਿਨਿਸਟਰ ਮਟੀਰੀਅਲ ਹੁੰਦਾ, ਉਹ ਐਡਾ ਸਿਆਣਾ ਬੰਦਾ ਵੀ ਹੁੰਦਾ ਪਿੰਡ ਦੇ ਵਿੱਚ, ਹੈ ਨਾ, ਪਰ ਉਹਨੂੰ ਕਦੇ ਜ਼ਿੰਦਗੀ 'ਚ ਮੌਕਾ ਨਹੀਂ ਮਿਲਿਆ ਹੁੰਦਾ। ਇੱਦਾਂ ਹੀ ਹਰ ਪਿੰਡ ਦੇ ਵਿੱਚ ਇੱਕ ਬੰਦਾ ਹੁੰਦਾ ਜਿਹਨੂੰ ਲੋਕ ਬੇਵਕੂਫ਼ ਜਾਂ ਜਿਹਨੂੰ ਕਹਿ ਲਓ ਦੀਨਾ ਸਮਝਦੇ ਹੁੰਦੇ ਨੇ, ਗਿਰਧਾਰੀ ਸਮਝਦੇ ਹੁੰਦੇ ਵੀ ਐਵੇਂ ਹੀ ਹੈ। ਪਰ ਅੱਜ ਦੇ ਸਮੇਂ ਦੇ ਵਿੱਚ ਕੁਛ ਐਗਜ਼ਾਮਪਲਸ ਐਸੀਆਂ ਆਈਆਂ ਲੋਕਾਂ ਨੇ ਜਿਹਨੂੰ ਜਿਹਨੂੰ ਅੰਡਰ ਐਸਟੀਮੇਟ ਕੀਤਾ, ਉਹਨੇ ਆਪਣੀ ਪਾਵਰ ਆਪਣੇ ਮੌਕਾ ਉੱਤੇ ਦਿਖਾਈ ਕਿ ਮੇਰੇ ਅੰਦਰ ਕੀ ਸਕਿੱਲਸ ਨੇ, ਕੀ ਕਾਬਲੀਅਤ ਹੈ ਮੇਰੇ ਅੰਦਰ। ਸੋ ਇਸ ਫਿਲਮ ਦੇ ਵਿੱਚ ਸਾਨੂੰ ਇਹੀ ਪਤਾ ਸੀਗਾ ਕਿ ਗਿਰਧਾਰੀ ਲਾਲ ਜਿਹੜਾ ਇਹ ਲੋਕਾਂ ਨੂੰ ਇੱਕ ਬੜਾ ਸਵੀਟ ਕਰੈਕਟਰ ਲੱਗੇਗਾ ਕਿ ਜਦੋਂ ਤੱਕ ਤਾਂ ਉਹ ਮਲੰਗ ਹੈ, ਮੌਲਾ ਹੈ, ਫਕੀਰ ਹੈ, ਮਸਤ ਹੈ, ਅਲਬੇਲਾ ਹੈ, ਉਦੋਂ ਤੱਕ ਉਹ ਆਪਣੇ ਰੰਗ 'ਚ ਹੈ। ਪਰ ਜਦੋਂ ਉਹਦੇ ਸੈਲਫ ਰਿਸਪੈਕਟ 'ਤੇ ਗੱਲ ਆਉਂਦੀ ਹੈ ਜਾਂ ਉਹਦਾ ਨਿੱਜ ਉਹਦੇ ਅੰਦਰ ਜਾਗਦਾ, ਫਿਰ ਉਹ ਲੋਕਾਂ ਨੂੰ ਦੱਸਦਾ ਕਿ ਯਾਰ ਅਸੀਂ ਸਾਦੇ ਰਹਿਣ ਵਾਲੇ ਲੋਕ ਹਾਂ, ਪਰ ਸਾਨੂੰ ਬੇਵਕੂਫ ਨਾ ਸਮਝੋ, ਅਸੀਂ ਪਾਗਲ ਨਹੀਂ। ਬਿਲਕੁਲ, ਅੱਜ ਜਦੋਂ ਫਿਲਮਾਂ ਦੀ ਗੱਲ ਆਉਂਦੀ ਹੈ ਨਾ, ਤਾਂ ਕਿਸੇ ਵੀ ਕਰੈਕਟਰ 'ਤੇ ਫਿੱਟ ਬਿਠਾਉਣ ਲਈ ਗੁਰਪ੍ਰੀਤ ਘੁੱਗੀ ਜੀ ਦਾ ਨਾਮ ਹੁੰਦਾ, ਕਿਉਂਕਿ ਬੜੀ ਫਲੈਕਸੀਬਿਲਿਟੀ ਹੈ ਤੁਹਾਡੀ ਐਕਟਿੰਗ ਸਕਿੱਲਸ ਦੇ ਵਿੱਚ, ਹੈ ਨਾ। ਲੇਕਿਨ ਅੰਡਰ ਐਸਟੀਮੇਟ ਦੀ ਤੁਸੀਂ ਗੱਲ ਕੀਤੀ ਹੈ, ਬਿਗਨਿੰਗ ਦੇ ਵਿੱਚ ਜਾਂ ਇੱਕ ਜਦੋਂ ਆਪਣਾ ਲਰਨਿੰਗ ਪੀਰੀਅਡ ਹੁੰਦਾ, ਵੈਸੇ ਤਾਂ ਸਾਡੀ ਸਾਰੀ ਲਾਈਫ ਲਰਨਿੰਗ ਹੁੰਦੀ ਹੈ, ਬਟ ਇੱਕ ਸਟਾਰਟਿੰਗ ਪੀਰੀਅਡ ਜਿਹਨੂੰ ਆਪਾਂ ਕਹਿੰਦੇ ਹਾਂ, ਕਦੀ ਅੰਡਰ ਐਸਟੀਮੇਟ ਵਾਲਾ ਫੀਲ ਤੁਹਾਡੇ ਲਈ ਆਇਆ? ਹਾਂ ਬਿਲਕੁਲ, ਮੈਂ ਜਦੋਂ ਫਿਲਮਾਂ 'ਚ ਨਹੀਂ ਆਇਆ, ਕਿਉਂਕਿ ਫਿਲਮਾਂ ਤੋਂ ਪਹਿਲਾਂ ਮੈਂ ਐਸਟੈਬਲਿਸ਼ ਹੋ ਚੁੱਕਾ ਸੀ, ਦੂਰਦਰਸ਼ਨ ਦੇ ਵਿੱਚ ਇਹ ਹਿਊਮੀਲੇਸ਼ਨ ਦੇਖਣੀ ਪਈ ਮੈਨੂੰ, ਲੋਕਾਂ ਨੇ ਮਤਲਬ ਅੰਡਰ ਐਸਟੀਮੇਟ ਨਹੀਂ, ਰਿਜੈਕਸ਼ਨ ਜਿਹੜੀ ਨਾ ਉਹ ਬੰਦੇ ਨੂੰ ਦੁਨੀਆ 'ਚ ਸਭ ਤੋਂ ਬੁਰੀ ਲੱਗਦੀ ਹੈ। ਰਿਜੈਕਸ਼ਨ ਤੋਂ ਬਾਅਦ ਜਾਂ ਤਾਂ ਬੰਦਾ ਡੁੱਬ ਜਾਂਦਾ ਜਾਂ ਫਿਰ ਇੱਦਾਂ ਜੰਪ ਕਰਕੇ ਆਉਂਦਾ ਨਾ, ਦੱਸਦਾ ਕਿ ਮੈਂ ਕੌਣ ਹਾਂ। ਸੋ ਰਿਜੈਕਸ਼ਨਸ, ਇਗਨੋਰੈਂਸ ਲੋਕਾਂ ਦੀ ਕਹਿ ਲਓ, ਜਾਂ ਡੈਲੀਬਰੇਟਲੀ ਕੁਛ ਲੋਕ ਤੁਹਾਨੂੰ ਡੀਮੋਰਲਾਈਜ਼ ਕਰਦੇ ਨੇ ਉਹਨਾਂ ਸਮਿਆਂ ਦੇ ਵਿੱਚ, ਮਤਲਬ ਮੇਰੀ ਇੱਕ ਚੀਜ਼ ਅੰਦਰ ਪ੍ਰੋਬਲਮ ਸੀਗੀ ਮੇਰੀ, ਕਿ ਮੈਂ ਡਿਗਨਿਟੀ ਤੋਂ ਥੱਲੇ ਕਦੇ ਜ਼ਿੰਦਗੀ 'ਚ ਉਦੋਂ ਵੀ ਕੰਮ ਨਹੀਂ ਕੀਤਾ ਜਦੋਂ ਮੈਂ, ਮੇਰੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ, ਮੈਂ ਟਰਾਲੀ ਦੇ ਪਿੱਛੇ ਲਟਕ ਕੇ ਦੂਰਦਰਸ਼ਨ ਜਾਂਦਾ ਹੁੰਦਾ ਸੀ ਜਦੋਂ, ਉਦੋਂ ਕੋਈ ਸਾਧਨ ਵੀ ਨਹੀਂ ਸੀ ਕੋਲ। ਪਰ ਇੱਕ ਚੀਜ਼ ਅੰਦਰ ਸੀਗੀ, ਡਿਗਨਿਟੀ ਆਪਣੀ, ਸੈਲਫ ਰਿਸਪੈਕਟ। ਲੋਕਾਂ ਨੂੰ ਮੈਂ ਮਨਾਮੋਈ ਰਿਸਪੈਕਟ ਦਿੰਦਾ ਸੀ, ਪਰ ਆਪਣੀ ਵੀ ਕਦੇ ਲੂਜ਼ ਨਹੀਂ ਸੀ ਕੀਤੀ ਮੈਂ। ਉਦੋਂ ਕੁਛ ਲੋਕਾਂ ਨੇ ਸਿਰਫ ਇਸ ਗੱਲ ਨੂੰ ਕਿ ਇਹ ਬੰਦੇ 'ਚ ਉਹ ਚੀਜ਼ ਨਹੀਂ, ਚਾਪਲੂਸੀ ਨਹੀਂ ਮਾਰਦਾ, ਆ ਕੇ ਬਹਿੰਦਾ ਨਹੀਂ ਸਾਡੇ ਕੋਲ ਕੁਰਸੀਆਂ 'ਤੇ, ਇਹ ਨਹੀਂ ਪੁੱਛਦਾ ਸਰ ਚਾਹ ਲਿਆਵਾਂ ਜੀ, ਸਰ ਕੁਛ ਖਿਲਾਓਗੇ ਜੀ, ਅਤੇ ਮੇਰੇ ਕੋਲ ਉਹ ਕੰਮ ਨਹੀਂ ਹੁੰਦਾ ਜੀ। ਮੁਹੱਬਤ ਬਹੁਤ ਹੈ ਪਰ ਕੰਮ ਲਈ ਨਹੀਂ ਮੈਂ ਕਿਸੇ ਨੂੰ ਚਾਹ ਪੁੱਛ ਸਕਦਾ। ਉਹ ਚੀਜ਼ ਨੇ ਮੈਨੂੰ ਬੜੀ ਕਈ ਵਾਰੀ ਦੂਰਦਰਸ਼ਨ ਦੇ ਵਿੱਚ ਹਿਊਮੀਲੇਸ਼ਨ ਵੀ ਦਿੱਤੀ, ਪਰ ਮੈਨੂੰ ਹਰ ਵਾਰੀ ਇੱਕ ਅੰਦਰ ਮੇਰੇ ਹੋਰ ਅੱਗ ਭਰਦੀ ਸੀ ਉਹ ਚੀਜ਼ ਕਿ ਨਹੀਂ ਮੈਂ ਪ੍ਰੂਵ ਕਰਨਾ ਆਪਣਾ, ਕਰਕੇ ਦੱਸਾਂਗਾ। ਸੋ ਇਹ ਚੀਜ਼ ਤਾਂ ਮੈਂ ਜੇ ਸੱਚ ਕਹਾਂ ਤੇ ਦੂਰਦਰਸ਼ਨ ਤੇ ਵੀ ਸ਼ੁਰੂ 'ਚ ਮੈਨੂੰ ਵੀ ਕਈਆਂ ਨੇ ਗਿਰਧਾਰੀ ਲਾਲ ਹੀ ਸਮਝਿਆ ਹੋਣਾ। ਜੀ ਬਿਲਕੁਲ, ਬਹੁਤ ਬਹੁਤ ਡੂੰਗੀ ਜੀ ਗੱਲ ਹੈ ਨਾ, ਇਹ ਮਹਿਸੂਸ ਕਰਨ ਵਾਲੀ ਗੱਲ, ਔਰ ਮੈਨੂੰ ਲੱਗਦਾ ਹਰ ਕੋਈ ਇਸ ਚੀਜ਼ ਦੇ ਨਾਲ ਰਿਲੇਟ। ਤੁਸੀਂ ਜੀ ਆਬਵੀਅਸਲੀ ਹੁੰਦਾ ਬੰਦਾ ਜਦੋਂ ਤੁਸੀਂ ਜਾਂਦੇ ਹੋ ਪਿੱਛੇ, ਉਹ ਚੀਜ਼ਾਂ ਤੁਹਾਨੂੰ ਅੰਦਰੋਂ ਝੰਜੋੜਦੀਆਂ ਨੇ, ਉਹ ਸਮੇਂ ਯਾਦ ਆਉਂਦੇ ਬੰਦੇ ਨੂੰ ਤਕਲੀਫ ਹੁੰਦੀ ਉਹਨਾਂ ਚੀਜ਼ਾਂ ਦੀ। ਜੀ ਬਿਲਕੁਲ, ਬਟ ਆਈ ਐਮ ਸ਼ੋਰ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਹੋਣਗੇ ਜਿਹੜੇ ਅੱਜ ਗੱਲ ਕਰਨ ਨੂੰ ਵੀ ਤਰਸਦੇ ਹੋਣਗੇ ਜਾਂ ਆਉਂਦੇ ਉਹਨਾਂ 'ਚ ਇੱਕ ਦੋ ਦੇ ਫੋਨ, ਫਿਰ ਉਹਨਾਂ ਦੀ ਫੋਨ ਦੇ ਵਿੱਚ ਟੋਨ ਇੱਦਾਂ ਦੀ ਹੁੰਦੀ ਜਿੱਦਾਂ ਸਾਹਮਣੇ ਹੁਣ ਗਿਰਧਾਰੀ ਲਾਲ ਬੋਲ ਰਿਹਾ। ਸਮਾਂ ਬਦਲਿਆ ਇੱਕਦਮ, ਹੈ ਨਾ, ਬਟ ਦਿਸ ਇਜ਼ ਵੈਰੀ ਗੁੱਡ, ਕਿਉਂਕਿ ਸਾਡਾ ਹਾਰਡ ਵਰਕ, ਸਾਡੀ ਕੈਪੇਬਿਲਿਟੀ ਇੱਕ ਦਿਨ ਜ਼ਰੂਰ ਪ੍ਰੂਵ ਕਰ ਪਾਉਂਦੀ ਹੈ ਚੀਜ਼ਾਂ। ਜੀ ਜੀ ਜੀ। ਸੋ ਬੈਕ ਟੂ ਦਾ ਫਿਲਮ, ਠੀਕ ਹੈ, ਜਦੋਂ ਤੁਸੀਂ ਆਉਂਦੇ ਹੋ, ਜਦੋਂ ਗਿੱਪੀ ਦੀ ਗੱਲ ਹੁੰਦੀ ਹੈ, ਸੋ ਇੱਕ ਐਕਸਪੈਰੀਮੈਂਟ ਜਿਹਾ ਉੱਥੇ ਆਪਾਂ ਵੇਖਣ ਨੂੰ ਸਾਨੂੰ ਮਿਲਦਾ ਸਰ, ਔਨ ਸਕਰੀਨ ਕੈਮਿਸਟਰੀ ਅਸੀਂ ਬੜੀ ਸੋਹਣੀ ਵੇਖਦੇ ਹਾਂ ਤੁਹਾਡੀ, ਲੇਕਿਨ ਜੇ ਰਾਣੀ ਦੀ ਗੱਲ ਹੋਵੇ, ਰਾਣਾ ਸਰ ਦੀ ਗੱਲ ਹੋਵੇ, ਜੇ ਗਿੱਪੀ ਦੀ ਗੱਲ ਹੋਵੇ, ਤੁਹਾਡੀ ਗੱਲ ਹੋਵੇ, ਔਫ ਸਕਰੀਨ ਕਿੱਦਾਂ ਦੀ ਤੁਹਾਡੀ ਕੰਪੈਟੇਬਿਲਿਟੀ ਆਪਸ ਦੇ ਵਿੱਚ, ਤੁਸੀਂ ਫੌਜੀ ਦਾ ਕਿਰਦਾਰ ਕਰਨਾ ਚਾਹੁੰਦੇ ਹੋ, ਇਸ ਚੀਜ਼ 'ਤੇ ਡਿਸਕਸ਼ਨ ਹੋਈ ਹੈ? ਹਾਂ ਬਿਲਕੁਲ ਜੀ, ਗਿੱਪੀ ਮੇਰਾ ਛੋਟਾ ਭਾਈ ਹੈ ਜੀ, ਵੀਰ ਹੈ ਛੋਟਾ ਮੇਰਾ, ਮੇਰਾ ਹੱਕ ਹੈ ਉਹਦੇ 'ਤੇ, ਮੈਂ ਤਾਂ ਅਸੀਂ ਕਈ ਵਾਰੀ ਸਮਝਾ ਵੀ ਲਈਦਾ, ਕਈ ਵਾਰੀ ਉਹ ਵੀ ਸਾਨੂੰ ਹੱਕ ਨਾਲ ਸਮਝਾ ਲੈਂਦਾ ਚੀਜ਼ਾਂ ਨੂੰ। ਸੋ ਉਹ ਜਿਹੜੀ ਬੌਂਡਿੰਗ ਉਹ ਕਮਾਲ ਦੀ, ਔਰ ਉਹ ਲਾਈਫ ਟਾਈਮ ਹੈ, ਫਿਲਮਾਂ ਕਰੀਏ ਨਾ ਕਰੀਏ ਉਹ ਲਾਈਫ ਟਾਈਮ ਬੌਂਡਿੰਗ ਹੈ ਸਾਡੀ, ਕਿਉਂਕਿ ਮੁਹੱਬਤਾਂ ਜਿਹੜੀਆਂ ਇੱਕ ਵਾਰੀ ਪੈ ਜਾਂਦੀਆਂ ਉਹ ਰਿਸ਼ਤਾ ਹੀ ਬਣ ਜਾਂਦੀਆਂ ਤੁਹਾਡੇ, ਉਹ ਜਿੰਨਾ ਅਸੀਂ ਇਕੱਠੇ ਰਹਿੰਦੇ ਹਾਂ ਕੰਮ ਕਰਦੇ, ਥਿਕਨੈਸ ਹੁੰਦੀ ਜਾਂਦੀ, ਵੱਧਦੀ ਜਾਂਦੀ ਹੈ ਰਿਸ਼ਤਿਆਂ ਦੀ। ਸੋ ਉਹ ਅਲੱਗ ਚੀਜ਼ ਹੈ। ਰਾਣੇ ਹੁਣੀ, ਰਾਣਾ ਮੇਰੇ ਤੋਂ ਸਾਲ ਸੀਨੀਅਰ ਹੈ ਜਾਂ ਸਾਲ ਜੂਨੀਅਰ ਹੈ ਮੈਨੂੰ ਪਤਾ ਨਹੀਂ, ਬਟ ਉਹ ਵੀ ਬੜੇ ਪਿਆਰੇ ਬੰਦੇ ਨੇ। ਸੋ ਮੇਰਾ ਤਾਂ ਪਰਿਵਾਰ ਹੈ ਜੀ ਸਾਰਾ, ਮੈਨੂੰ ਸਾਰੇ ਹੀ ਪਿਆਰ ਦਿੰਦੇ ਨੇ, ਇੱਜ਼ਤ ਦਿੰਦੇ ਆ, ਮਾਣ ਦਿੰਦੇ ਆ। ਜੇ ਤੁਸੀਂ ਰਾਣਾ ਸਾਹਿਬ, ਰਾਣਾ ਰਣਵੀਰ ਹੋਣਾ ਦਾ ਜ਼ਿਕਰ ਕੀਤਾ, ਅਤੇ ਪਤਾ ਨਹੀਂ ਮੇਰੇ ਤੋਂ ਇੱਕ ਸਾਲ ਵੱਡੇ ਨੇ ਜਾਂ ਇੱਕ ਸਾਲ ਛੋਟੇ ਨੇ, ਪਰ ਉਹਨਾਂ ਹਮੇਸ਼ਾ ਇੱਦਾਂ
ਪਿਆਰ ਦਿੱਤਾ ਜਿੱਦਾਂ ਵੀ ਮੈਂ ਵੱਡਾ ਭਾਈ ਹਾਂ ਉਹਨਾਂ ਦਾ ਹੈ ਨਾ, ਅਤੇ ਇੱਦਾਂ ਹੀ ਵੀਨੂ ਹੁਣਾਂ ਨੇ ਵੀ ਆਹ ਮੁੰਡਾ ਆਪਣਾ ਕਰਮਜੀਤ ਕਮਾਲ ਦਾ ਬੰਦਾ ਬੋਲੀ ਹੈ ਹੈ ਨਾ, ਸਾਰੇ ਪਿਆਰ ਮੈਨੂੰ ਮੇਰਾ ਪਰਿਵਾਰ ਹੀ ਲੱਗਦਾ, ਮੈਨੂੰ ਲੱਗਦਾ ਹੀ ਨਹੀਂ ਕਿ ਮੇਰੇ ਕੋਲ ਹੋਰ ਵੀ ਰਿਸ਼ਤੇਦਾਰ ਹੈਗੇ ਨੇ। ਸੋ ਮੈਂ ਤਾਂ ਹਰ ਉਹ ਮੂਮੈਂਟ ਇੰਜੋਏ ਕਰਦਾ, ਸ਼ੂਟਿੰਗ 'ਤੇ ਜਾਂ ਵਿਦਆਊਟ ਸ਼ੂਟਿੰਗ ਜਦੋਂ ਅਸੀਂ ਇਕੱਠੇ ਬੈਠੇ ਹੁੰਦੇ, ਮੈਂ ਹਰ ਮੂਮੈਂਟ ਨੂੰ ਇਹਨਾਂ ਦੇ ਨਾਲ ਇੰਜੋਏ ਕਰਦਾ ਜੀ। ਸੋ ਪਰਮਾਤਮਾ ਇਸੇ ਤਰ੍ਹਾਂ ਤੁਹਾਡੀ ਸਾਂਝ ਆਪਸੀ ਵੀ ਬਣਾਈ ਰੱਖੇ ਔਰ ਅੱਛੀ ਫਿਲਮਾਂ ਦੇ ਵਿੱਚ ਅਸੀਂ ਅੱਛਾ ਕੰਮ ਹਮੇਸ਼ਾ ਦੇਖਦੇ ਰਹੀਏ, ਜੋ ਕਿ ਤੁਹਾਡੇ ਤੋਂ ਉਮੀਦ ਵੀ ਹੁੰਦੀ ਹੈ। ਸੋ ਮੈਂ ਹੁਣੇ ਸੁਣ ਰਹੀ ਸੀ ਕਿ ਤੁਸੀਂ ਇੱਕ ਬਹੁਤ ਅੱਛੇ ਕਿਰਦਾਰ ਨਿਭਾਉਣਾ ਚਾਹੁੰਦੇ ਹੋ, ਜਿਹਦੇ ਵਿੱਚੋਂ ਫੌਜੀ ਦਾ ਇੱਕ ਕਿਰਦਾਰ ਜਿਹੜਾ ਲਾਈਫ ਟਾਈਮ ਹੈ। ਉਹ ਮੇਰੇ ਦਿਲ 'ਚ ਬਹੁਤ ਰੀਝ ਹੈ ਜੀ, ਮੈਂ ਪਤਾ ਨਹੀਂ ਕਿਉਂ ਨਹੀਂ ਅੱਜ ਤੱਕ ਕਿਸੇ ਨੇ ਮੇਰੇ ਤੋਂ ਕਰਾਇਆ। ਔਰ ਮੈਂ ਗਿੱਪੀ ਨੂੰ ਵੀ ਇਸ ਗੱਲ 'ਤੇ ਕਿਹਾ ਸੀਗਾ, ਯਾਰ ਸੂਬੇ ਦਾ ਜੋਗਿੰਦਰ ਸਿੰਘ ਫਿਲਮ ਬਣਾਈ, ਮੈਨੂੰ ਲਿਆ ਨਹੀਂ ਫਿਲਮ ਦੇ ਵਿੱਚ। ਅੱਛਾ ਕਿਉਂ ਭਲਾ? ਪਤਾ ਨਹੀਂ ਕਿਉਂ ਨਹੀਂ ਲਿਆ, ਪੁੱਛਿਓ ਤੁਸੀਂ ਇੰਟਰਵਿਊ ਦੇ ਵਿੱਚ, ਪੁੱਛਣਾ ਜ਼ਰੂਰ ਅਗਲੀ ਵਾਰੀ ਤੁਸੀਂ ਪੁੱਛਿਓ ਕਿ ਹੁਣ ਅੱਗੇ ਕੀ ਪਤਾ। ਮੈਨੂੰ ਤਾਂ ਜਵਾਬ ਹੀ ਨਹੀਂ ਦਿੰਦਾ, ਟਾਲ ਦਿੰਦਾ ਭਾਜੀ, ਇੱਦਾਂ ਸੀ ਭਾਜੀ ਉਹਦਾ। ਸੀਰੀਅਸਲੀ ਪੁੱਛਿਓ ਵੀ ਕਿਉਂ ਨਹੀਂ ਲਿਆ ਮੈਨੂੰ ਉਹਦੇ 'ਚ, ਜੇ ਮੈਨੂੰ ਉਹਦੇ 'ਚ ਲੈ ਲੈਂਦਾ ਸੂਬੇ ਦਾ ਜੋਗਿੰਦਰ ਸਿੰਘ, ਮੇਰਾ ਫੌਜੀ ਵਾਲਾ ਰਾਂਝਾ ਰਾਜੀ ਹੋ ਜਾਣਾ ਸੀ ਮੇਰਾ। ਉਹਨੇ ਤੁਹਾਨੂੰ ਕਹਿਣਾ ਪਤਾ ਕੀ ਗਿੱਪੀ ਨੇ, ਉਹਨੇ ਕਹਿਣਾ ਨਹੀਂ ਨਹੀਂ ਮੈਂ ਭਾਜੀ ਨੂੰ ਬੁਲਾਇਆ ਸੀ, ਉਹ ਆਏ ਨਹੀਂ, ਐਮਰਜੈਂਸੀ, ਇੱਕ ਆਰਟਿਸਟ ਜਿਹਨਾਂ ਦਾ ਪਹੁੰਚਿਆ ਨਹੀਂ, ਤੇ ਮੈਨੂੰ ਫੋਨ ਕਰਕੇ ਕਹਿੰਦਾ ਕੱਲ ਭਾਜੀ ਲੇਹ ਲਦਾਖ ਪਹੁੰਚੋ, ਮੇਰੀ ਸ਼ੂਟਿੰਗ ਚੱਲਦੀ ਪਈ ਸੀ ਇੱਥੇ ਮਿਸਟਰ ਐਂਡ ਮਿਸਿਸ 420 ਦੀ ਹੈ ਨਾ, ਰਿਟਰਨਸ ਦੀ, ਅਤੇ ਫਿਰ ਉਦੋਂ ਤਾਂ ਮੈਂ ਪਹੁੰਚ ਨਹੀਂ ਸਕਦਾ ਸੀ। ਉਹਨੇ ਕਹਿਣਾ ਜ਼ਰੂਰ ਹੈ ਕਿ ਮੈਂ ਬੁਲਾਇਆ ਸੀ ਗੈਸਟ ਰੋਲ ਲਈ ਇੱਕ ਲਈ, ਪਰ ਉਹ ਪੋਸੀਬਲ ਨਹੀਂ ਸੀ, ਮੈਨੂੰ ਫਿਲਮ 'ਚ ਕਾਸਟ ਕਰਦਾ ਅਤੇ ਮੈਂ ਵੀ ਫਿਲਮ ਕਰਦਾ ਉਹ ਵਾਲੀ। ਬਟ ਸਰ ਜਿਹੜੀ ਨਹੀਂ ਕੀਤੀ ਉਹਦੀ ਗੱਲ ਛੱਡੋ, ਜਿਹੜੀ ਅਸੀਂ ਇਕੱਠਿਆਂ ਨੇ ਕੀਤੀ ਹੈ, ਸ਼ਾਵਾਨੀ ਗਿਰਧਾਰੀ ਲਾਲ 17 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ, ਸਿਨੇਮਾ ਘਰਾਂ 'ਚ ਆ ਰਹੀ ਹੈ। ਜ਼ਿੰਦਗੀ 'ਚ ਸਭ ਕੁਛ ਕਰਿਆ ਕਰੋ ਪਰ ਇੰਜੋਏ ਕਰਨਾ ਨਾ ਭੁੱਲੋ, ਕਿਉਂਕਿ ਜੇ ਅਸੀਂ ਸਾਹ ਲੈਣਾ ਭੁੱਲ ਜਾਵਾਂਗੇ ਫਿਰ ਜ਼ਿੰਦਗੀ ਸਾਥ ਛੱਡ ਜਾਂਦੀ ਹੈ। ਇਹ ਬਰੀਦਰ ਨੇ ਹੈ ਨਾ, ਇਹਨਾਂ ਨਾਲ ਅਸੀਂ ਸਾਹ ਲੈਂਦੇ ਹਾਂ, ਇਹਨਾਂ ਖੁਸ਼ੀਆਂ ਦੇ ਨਾਲ, ਇਹਨਾਂ ਨਿੱਕੇ ਨਿੱਕੇ ਇੰਜੋਇਮੈਂਟਸ ਦੇ ਨਾਲ ਜ਼ਿੰਦਗੀ ਖੂਬਸੂਰਤ ਹੁੰਦੀ ਹੈ। ਆਪਣੇ ਨਾਲ, ਪਰਿਵਾਰਾਂ ਦੇ ਨਾਲ, ਦੋਸਤਾਂ ਦੇ ਨਾਲ ਇਹਨੂੰ ਜਾ ਕੇ ਫਿਲਮ ਨੂੰ ਜ਼ਰੂਰ ਦੇਖੋ। 17 ਨੂੰ ਰਿਲੀਜ਼ ਹੋ ਰਹੀ ਹੈ, ਹਰ ਸਿਨੇਮਾ ਘਰ ਦੇ ਵਿੱਚ ਤੁਹਾਡੇ ਨਜ਼ਦੀਕ ਦੇ ਵਿੱਚ ਲੱਗ ਰਹੀ ਹੈ। ਮਸਟ ਵਾਚ ਸ਼ਾਵਾਨੀ ਗਿਰਧਾਰੀ ਲਾਲ ਜੀ। ਬਿਲਕੁਲ, ਸਿਨੇਮਾ ਘਰਾਂ ਦੇ ਵਿੱਚ ਅਸੀਂ ਵੇਖਾਂਗੇ ਸਰ। ਜਾਣ ਤੋਂ ਪਹਿਲਾਂ ਇੱਕ ਡਾਇਲੋਗ। ਇਹਦੇ 'ਚ ਡਾਇਲੋਗ ਤੁਹਾਨੂੰ ਬੜੇ ਭੈੜੇ ਭੈੜੇ ਜਿਹੇ ਨੇ, ਮੈਂ ਕੀ ਸੁਣਾਵਾਂ ਤੁਹਾਨੂੰ, ਕੋਈ ਕੰਮ ਦਾ ਡਾਇਲੋਗ ਹੀ ਨਹੀਂ। ਜਿੱਦਾਂ ਮੇਰੀ ਵਾਈਫ ਕਹਿੰਦੀ ਜੀ ਬਸ ਕਰੋ ਹੁਣ ਮੁੰਡੇ ਨੂੰ, ਕਿੰਨੀ ਕੁ ਦਿਨ ਮੈਂ ਕਿਹੜਾ ਸਿੱਧਰੇ ਦਾ ਪੈਰ ਮਿੱਧ ਤਾ ਆਪਣਾ ਪ੍ਰਾਹੁਣਾ ਵੇਖਣਾ ਚਾਹੁੰਦੇ ਕਿਰਦਾਰ ਦੇ ਜ਼ਰੀਏ ਤੁਹਾਨੂੰ ਦੇਖਣਗੇ ਸਿਨੇਮਾ ਘਰ ਦੇ ਵਿੱਚ। ਸੋ ਵੇਖਦੇ ਰਹੋ ਪੰਜਾਬੀ ਫਿਲਹਾਲ ਦੇ ਲਈ। ਸਤਿ ਸ਼੍ਰੀ ਅਕਾਲ।